ਖਬਰ ਆ ਰਹੀ ਹੈ ਜਨਾਲੇ ਤੋਂ ਲੁੱਟਾਂ ਖੋਹਾਂ ਕਰਨ ਵਾਲੇ ਪੁਲਿਸ ਨੇ ਦੋ ਕਾਬੂ ਕੀਤੇ ਵੱਖ-ਵੱਖ ਜਗ੍ਹਾ ਤੇ ਲੁੱਟੀਆਂ 19 ਸੋਨੇ ਦੀਆਂ ਵਾਲੀਆਂ ਮੋਟਰਸਾਈਕਲ ਅਤੇ ਦਾਤਰ ਹੋਇਆ ਬਰਾਮਦ ਥਾਣਾ ਚੰਡੇਰ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਲੋਕਾਂ ਨੂੰ ਵੱਖ-ਵੱਖ ਜਗ੍ਹਾ ਤੋਂ ਪਕੜਿਆ ਹੈ ਅਤੇ ਉਹਨਾਂ ਦੇ ਕੋਲੋਂ ਖੋਇਆ ਹੋਇਆ ਸਮਾਨ 19 ਸੋਨੇ ਦੀਆਂ ਵਾਲੀਆਂ ਮੋਟਰਸਾਈਕਲ ਦਾਤਰ ਸਮੇਤ ਪੁਲਿਸ ਨੇ ਪਕੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਅਜਨਾਲਾ ਵਿਖੇ ਪ੍ਰੈਸ ਕਾਨਫਰੰਸ ਦੇ ਦੌਰਾਨ ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ 22 ਅਕਤੂਬਰ ਨੂੰ ਤਰਸੀਮ ਮਸੀਹ ਆਪਣੀ ਪਤਨੀ ਨਾਲ ਜਾ ਰਿਹਾ ਸੀ ਜਿਸ ਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਕੰਨਾਂ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਏ ਹਵੇ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ ਇਹਨਾਂ ਕੋਲੋਂ 19 ਸੋਨੇ ਦੀਆਂ ਵਾਲੀਆਂ ਮੋਟਰਸਾਈਕਲ ਕਾਬੂ ਕੀਤਾ ਹੈ ਇਹਨਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧ ਵਿੱਚ ਡੀਐਸਪੀ ਸਾਹਿਬ ਨਾਲ ਹੋਰ ਕੀ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ ਸਿੰਦੋ ਪਤਨੀ ترسےਮ ਸੀ ਰੈਜ਼ੀਡੈਂਟ ਆਫ ਵਿਲੇਜ ਜਮਿਆਰੀ ਇਹਨਾਂ ਨੇ ਐਸਐਚਓ ਝੰਡੇਰ ਸਬ ਇੰਸਪੈਕਟਰ ਅਰਤਾ ਸਿੰਘ ਪਾਸ ਇੱਕ ਬਿਆਨ ਲਿਖਾਇਆ ਸੀ ਕਿ ਇਹ ਆਪਣੀ ਸਕੂਟੀ ਤੇ ਮਧੂ ਸ਼ੰਗਾ ਪਿੰਡ ਦੇ ਲੱਗੇ ਜਾ ਰਹੀ ਸੀ ਜਿੱਥੇ ਦੋ ਜਿਹੜੇ ਪਲਸਰ ਸਵਾਰ ਨੌਜਵਾਨ ਸੀ ਉਹਨਾਂ ਨੇ ਉਸਤੇ ਨੂੰ ਰੋਕੇ ਤੇ ਉਹਦੀਆਂ ਜਿਹੜੀਆਂ ਕੰਨਾਂ 'ਚ ਇਅਰਿੰਗ ਸੀ ਉਹਨਾਂ ਦੀ ਸਨੇਚਿੰਗ ਕੀਤੀ ਹੈ ਖੋ ਕੇ ਤੇ ਚਲੇ ਗਏ ਸੀ ਜਿਸ ਦੇ ਸਬੰਧੀ ਅਸੀਂ ਮਕਦਮਾ ਨੰਬਰ 146 ਅੰਡਰ ਸੈਕਸ਼ਨ 379 ਬੀ 34 ਆਈਪੀਸੀ ਪੀਐਸ ਚੰਡੇਰ ਦਰਜਿਸਟਰ ਕਰਕੇ ਅਸੀਂ ਜਿਹੜੀ ਤਫ਼ਤੀਸ਼ ਹੈ ਉਹ ਕਰ ਰਹੀ ਸੀ ਦਰਾਨੇ ਤਫ਼ਤੀਸ਼ ਐਸਐਚਓ ਚੰਡੇਰ ਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਮੇਲ ਸਿੰਘ son of ਵੀਰ ਸਿੰਘ ਰੈਜ਼ੀਡੈਂਟ ਆਫ ਰਿਆੜ ਹੁਣ ਨੰਗਲਪਿੰਡ 'ਚ ਰਹਿੰਦਾ ਔਰ ਨਾਨਕ ਸਿੰਘ son of ਗੁਰਨਾਮ ਸਿੰਘ ਰੈਡੈਂਟ ਆਫ ਨਵਾਸਰਾਂ ਕਿ ਇਹ ਜਿਹੜੇ ਇਲਾਕੇ ਦੇ ਵਿੱਚ ਜਿਹੜੀਆਂ ਸਨੈਚਿੰਗ ਦੀਆਂ ਵਾਅਦਤਾਂ ਕਰ ਰਹੇ ਨੇ ਇਸ ਦੇ ਸਬੰਧ ਵਿੱਚ ਅਸੀਂ ਇਹ ਆਪਰੇਸ਼ਨ ਚਲਾਇਆ ਸੀ ਇਹਨਾਂ ਨੂੰ ਟਰੈਕ ਕਰਨ ਦਾ ਔਰ ਅਸੀਂ ਇਹਨਾਂ ਦੋਨਾਂ ਨੂੰ ਜਿਹੜਾ ਅਰੈਸਟ ਕੀਤਾ ਅਰੈਸਟ ਕਰਕੇ ਇਹਨਾਂ ਦੇ ਅਸੀਂ ਫਰਦਰ ਇਨਵੈਸਟੀਗੇਸ਼ਨ ਕੀਤੀ ਤੇ ਇਹਨਾਂ ਦੇ ਪਾਸੋਂ ਕਰੀਬ 19 ਜਿਹੜੀਆਂ ਸੋਨੇ ਦੀਆਂ ਵਾਲੀਆਂ ਜਿਹੜੀਆਂ ਵੱਖ-ਵੱਖ ਜਗ੍ਹਾ ਤੋਂ ਜਿਹੜੀਆਂ ਸਨੈਚ ਕੀਤੀਆਂ ਸੀ ਉਹ ਬਰਾਮਦ ਹੋਈਆਂ ਇਸ ਤੋਂ ਇਲਾਵਾ ਇਹ ਜਿਹੜਾ ਦਸਤਰ ਇੱਕ ਵੰਤ ਦੇ ਸੀ ਇਹ ਵਾਦਤ ਦੇ ਵਿੱਚ ਉਹ ਵੀ ਬਰੰਦ ਹੋਇਆ ਔਰ ਪਲਸਰ ਮੋਟਰਸਾਈਕਲ ਵਿਦਾਊਟ ਨੰਬਰ ਜਿਸ ਦੇ ਉੱਤੇ ਇਹ ਸਾਰੀਆਂ ਵਾਦਤਾਂ ਕਰਦੇ ਸੀ ਇਹ ਵੀ ਅਸੀਂ ਬਰੰਦ ਕਰ ਲਿਆ ਗੁਰਮੇਸ਼ ਸਿੰਘ ਜਿਹੜਾ ਦੋਸ਼ੀ ਹੈ ਇਹਦੇ ਖਿਲਾਫ ਪਹਿਲਾਂ ਵੀ ਜਿਹੜੇ 4 ਮੁਕਦਮੇ ਵਕਫ-ਵਕਫ ਥਾਣੇ ਦੇ ਵਿੱਚ ਦਰਜ ਨੇ ਕੋਈ ਲੁੱਟਾਂ ਖੋਹਾਂਦੇ ਨੇ ਇੱਕ ਮਰਡਰ ਦਾ ਪਰਚਾ ਦਰਜ ਹੈ ਔਰ ਨਾਨਕ ਸਿੰਘ ਦੇ ਖਿਲਾਫ ਵੀ ਇੱਕ ਮੁਕਦਮਾ ਪਹਿਲਾਂ ਦਰਜ ਰਿਸਟਰ ਹੈਗਾ ਔਰ ਅਸੀਂ ਸਾਰੀ ਇਹ ਤਫ਼ਤੀਸ਼ ਕਰ ਰਹੇ ਹਾਂ ਇਹਦੇ ਵਿੱਚ ਹੋਰ ਅੱਗੇ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਇਹ ਅਸੀਂ ਜਿਹੜਾ ਉਹ ਲਿਆਵਾਂਗੇ ਔਰ ਫਤਹ ਢੰਗਾਈ ਨਾਲ ਤਫ਼ਤੀਸ਼ ਕਰਾਂਗੇ ਜੀ ਚਾਹੀਦਾ ਹੈਗਾ ਸੀ ਅ ਦੇਖੋ ਸਾਰੀ ਕੇਸ ਫਾਈਲ ਆਪਾਂ ਦੇਖ ਲਾਂਗੇ ਇਨ ਕੇਸ ਹੋਰੇ ਚ ਆਲਰੇਡੀ ਅਰੈਸਟਡ ਹੈਗਾ ਵਾ ਇੱਕ ਜਿਹੜਾ ਗੁਰਮੇਦ ਸਿੰਘ ਇੱਕ ਰਾਜਸਥਾਨੀ ਦਾ ਮੁਕੱਦਮਾ ਹੈ ਉਹਰੇ ਵਿੱਚ ਪ੍ਰੋਕਲੇਮਡ ਆਫੈਂਡਰ ਵੀ ਹੈ ਤੇ ਇਹ ਸਾਰਾ ਅਸੀਂ ਸਾਰੇ ਅਸੀਂ ਥਾਣਿਆਂ ਨੂੰ ਜਿਹੜਾ ਇਹ ਨੋਟਿਸ ਭੇਜ ਦਿੱਤਾ ਹੈ ਇਹਨਾਂ ਬਾਰੇ ਇਨਫੋਰਮ ਕਰਤਾ ਜਿੰਨਾਂ ਜਿੰਨਾਂ ਨੂੰ ਜਿਸ ਜਿਸ ਮੁਕਦਮੇ ਚ ਵਾਂਟਡ ਹੈ ਉਹ ਸਾਰਿਆਂ ਨੇ ਇਹਨਾਂ ਦੀ ਜੜੀ ਐਨਵਸਟੀਗੇਸ਼ਨ ਕਰਨੀ ਹੈ ਮੌਜੂਦਾ ਹਾਲਾਤਾਂ ਤੇ ਨਜ਼ਰ ਮਾਰੀਏ ਤਾਂ ਇਨਸਾਨ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ ਇਨਸਾਨ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਵੀ ਕਰਦਾ ਹੈ ਔਰ ਜਿਵੇਂ ਤੁਹਾਡੇ ਦੁੱਖਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਤੋਂ ਪਹਿਲਾਂ ਫੀਰ ਲੀਫ ਆਇਲ ਤਿਆਰ ਕੀਤਾ ਗਿਆ ਜਿਸ ਦੁਆਰਾ 125 ਬਿਮਾਰੀਆਂ ਦਾ ਇਲਾਜ ਕੀਤਾ ਗਿਆ ਤੇ ਹੁਣ ਇੱਕ ਹੋਰ ਪ੍ਰੋਡਕਟ ਤੁਹਾਨੂੰ ਦੁੱਖਾਂ ਤੋਂ ਨਜਾਤ ਦਿਉਣ ਲਈ ਹਾਜ਼ਰ ਹੈ ਫੀਰ ਲੀਵ ਪਾਵਰ ਜਿਸ ਦੇ ਨਾਲ ਤਰ੍ਹਾਂ-ਤਰ੍ਹਾਂ ਦੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਜਿਵੇਂ ਮਰਦਾਨਾ ਕਮਜ਼ੋਰੀ ਅੰਤਰੀਆਂ ਦੀ ਸੋਜਿਸ਼ ਪੇਸ਼ਾਬ ਵਿੱਚ ਜਲਣ ਦਿਲ ਦੀ ਕਮਜ਼ੋਰੀ ਖੂਨ ਦੀ ਕਮੀ ਅਤੇ ਦਿਮਾਗ ਨੂੰ ਤੇਜ਼ ਕਰਦਾ ਹੈ ਅਲੱਗ-ਅਲੱਗ ਲੈਬੋਰੀਟਰੀਆਂ ਤੋਂ ਆਯੁਰਵੈਦਿਕ ਮਾਹਰਾਂ ਦੁਆਰਾ ਟੈਸਟ ਹੋ ਕੇ ਆਪ ਸਬਦੇ ਅਰੂਬਰੂ ਹੈ ਔਰ ਜਿਸਦੇ ਵਿੱਚ ਕਈ ਤਰ੍ਹਾਂ ਦੀਆਂ ਆਯੁਰਵੈਦਿਕ ਜੜੀਆਂ ਬੂਟੀਆਂ ਅਤੇ ਕਈ ਤਰ੍ਹਾਂ ਦੇ ਪਸਮ ਮਿਲਾ ਕੇ ਤਿਆਰ ਕੀਤਾ ਗਿਆ ਹੈ ਉਹ ਨੌਜਵਾਨਾਂ ਲਈ ਬੜਾ ਵਰਦਾਨ ਸਿੱਧ ਹੋ ਰਿਹਾ ਹੈ ਜੋ ਨੌਜਵਾਨ ਮਰਦਾਨਾ ਕਮਜ਼ੋਰੀ ਨਾਲ ਜੂਝ ਰਹੇ ਨੇ ਉਹ ਹੁਣ ਫੀ ਰੀਲੀਫ ਪਾਵਰ ਦਾ ਇਸਤੇਮਾਲ ਕਰਨ ਤੋਂ ਬਾਅਦ ਦੁਬਾਰਾ ਖੋਈ ਹੋਈ ਮਰਦਾਨਾ ਤਾਕਤ ਨੂੰ ਹਾਸਲ ਕਰ ਸਕਦੇ ਨੇ ਇਹ ਮੈਡੀਸਨ 100% ਆਯੁਰਵੈਦਿਕ ਹੈ ਇਸਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 9478484087